ਪੰਜਾਬ ਵਿੱਚ ਸੜਕ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ। ਅਜਿਹੀ ਇੱਕ ਖਬਰ ਫਿਰੋਜ਼ਪੁਰ ਰਾਜਸਥਾਨ ਰਾਸ਼ਟਰੀ ਮਾਰਗ 95 ਤੇ ਸਾਹਮਣੇ ਆਈ ਹੈ, ਜਿਸ ਵਿੱਚ ਫਾਜ਼ਿਲਕਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ 4 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ। ਜਾਣਕਾਰੀ ਮੁਤਾਬਕ ਉਕਤ 5 ਨੌਜਵਾਨ 2 ਮੋਟਰਸਾਈਕਲਾਂ ਤੇ ਸਵਾਰ ਹੋ ਕੇ ਫਿਰੋਜ਼ਪੁਰ ਚੱਲ ਰਹੀ ਸੈਨਾ ਦੀ ਭਰਤੀ ਦੇ ਟ੍ਰਾਇਲ ਦੇ ਕੇ ਵਾਪਸ ਆ ਰਹੇ ਸਨ ਅਤੇ ਰਸਤੇ ਵਿੱਚ ਕਿਸੇ ਅਗਿਆਤ ਵਾਹਨ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ, ਜਿਸ ਦੌਰਾਨ ਦੋਨੋਂ ਮੋਟਰਸਾਈਕਲ ਗਿਰ ਗਏ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ 4 ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਫਿਰੋਜ਼ਪੁਰ ਚ ਮੁੱਢਲੀ ਸਹਾਇਤਾ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਵੱਲੋਂ ਹਾਦਸਾ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਕੋਈ ਫਾਜ਼ਿਲਕਾ ਪਿੰਡ ਹੈ ਰੋਡਾਂ ਵਾਲੀ, ਉੱਥੋਂ ਦੇ ਸੀਗੇ ਇਹ। ਮੈਂ ਸੁਣਿਆ ਐਜ਼ ਪਰ ਇਨਫੋਰਮੇਸ਼ਨ ਵੀ ਟ੍ਰਾਇਲ ਦੇ ਰਹੇ ਸੀ, ਆਰਮੀ ਦੀ ਵਾਪਸ ਜਾ ਰਹੇ ਸੀਗੇ ਅਤੇ ਜੰਗਲ ਵਾਲੇ ਮੋੜ 'ਤੇ ਇਹਨਾਂ ਦਾ ਐਕਸੀਡੈਂਟ ਹੋਇਆ। 108 ਐਂਬੂਲੈਂਸ ਇਹਨਾਂ ਨੂੰ ਲੈ ਕੇ ਆਈ ਹੈ। ਇੱਕ ਬੰਦਾ ਇਹਨਾਂ ਨੂੰ ਐਕਸਪਾਇਰ ਹੋ ਗਿਆ, ਉਹਦਾ ਨਾਮ ਲੱਕੀ ਸਰਬਜੀਤ ਸਿੰਘ। ਬਾਕੀਆਂ ਦੇ ਟ੍ਰੀਟਮੈਂਟ, ਹਾਂਜੀ, ਬਾਕੀਆਂ ਦੇ ਕਿਸੇ ਦੇ ਹੈੱਡ ਇੰਜਰੀ ਹੈ, ਕਿਸੇ ਦੇ ਫ੍ਰੈਕਚਰ ਹੈ, ਅਤੇ ਅਸੀਂ ਉਹਨਾਂ ਨੂੰ ਐਜ਼ ਪਰ ਓਪੀਨੀਅਨ ਸਪੈਸ਼ਲਿਸਟ ਅਸੀਂ ਫਰੀਦਕੋਟ ਭੇਜਦੇ ਰੈਫਰ ਕਰਦੇ। ਕੀ ਨਾਮ ਹੈ ਡਾਕਟਰ ਤੁਹਾਡਾ? ਡਾਕਟਰ ਹਰਿੰਦਰਪਾਲ ਸਿੰਘ, ਐਮਰਜੈਂਸੀ ਮੈਡੀਕਲ ਅਫਸਰ, ਸਿਵਲ ਹਸਪਤਾਲ। ਮੇਰਾ ਨਾਮ ਸਰ ਬਲਿੰਦਰ ਸਿੰਘ ਹੈ ਅਤੇ ਇਹ ਭਰਤੀ ਵੇਖ ਕੇ ਆਪਣੀ ਆਰਮੀ ਰੈਲੀ ਗੁਰਪੁਰ ਤੋਂ ਇਹ ਜਾ ਰਹੇ ਸੀਗੇ ਸਰ ਵਾਪਸ, ਅਤੇ ਰਾਹ ਦੇ ਵਿੱਚ ਐਕਸੀਡੈਂਟ ਹੋਇਆ ਇਹਨਾਂ ਦਾ, ਅਤੇ ਇਹਨਾਂ ਦੇ ਘਰੋਂ ਮੈਨੂੰ ਫੋਨ ਆਇਆ ਸਰ, ਅਤੇ ਮੈਂ ਇੱਥੇ ਫਿਰੋਜ਼ਪੁਰ ਸੀਗਾ, ਭਰਤੀ ਵੇਖਣ ਸੀ ਆਏ ਸੀਗੇ ਸਰ, ਅਤੇ ਇਸ ਲਈ ਅਸੀਂ ਇਹਨਾਂ ਨੂੰ। ਕਿੰਨੇ ਜਣੇ ਸੀ ਸਰ? ਇਹ 5 ਜਣੇ ਸੀਗੇ ਅਤੇ ਬਾਈਕ 'ਤੇ ਸੀਗੇ ਸਰ। ਅਤੇ ਕੀ ਗੱਲ ਹੋਈ ਸਰ? ਐਕਸੀਡੈਂਟ ਹੋਇਆ ਕੋਈ? ਕਿੰਨੇ ਵੱਜੇ? ਕਿੰਨੇ ਜਣੇ? ਇਹ ਸਰ ਕੋਈ ਗੱਡੀ ਸੀਗੀ, ਪਿਕਅਪ ਵਗੈਰਾ ਕੋਈ, ਮਤਲਬ ਉਹ ਟੇਕ ਕਰਨ ਲੱਗੇ ਜਾਂ ਕੀ? ਇਹ ਨਹੀਂ ਸਰ, ਮੈਨੂੰ ਪਤਾ ਉੱਥੇ ਮੌਕੇ 'ਤੇ ਸਮੈਲ ਨਹੀਂ ਸੀਗਾ। ਅਤੇ ਕਿੰਨੇ ਬੰਦੇ? ਕਿੰਨੇ ਬੰਦੇ ਸੀ ਸਰ? ਇਹ 5 ਜਣੇ ਸੀ। 5 ਜਣੇ? ਇੱਕ ਦੀ ਡੈਥ ਹੋ ਗਈ ਕਿਤੇ? ਜਿਹਦੀ ਡੈਥ ਹੋਈ ਉਹ ਕੌਣ? ਕੀ ਨਾਮ ਸੀ ਸਰ? ਮੈਂ ਉਹਨਾਂ ਦਾ ਜਾਣਦਾ, ਮੈਂ ਉਹਨਾਂ ਦੀ ਹਜੇ ਆਇਆ ਹੁਣ, ਮੈਂ ਹਜੇ ਦੇਖਿਆ ਨਹੀਂ ਉਹਨਾਂ ਨੂੰ, ਮੈਂ ਇੱਕ ਦੂਜੇ ਨਾਲ ਗੱਲ।